ਲੋ ਜੀ ਅੱਜ ਆਪਾਂ ਸ਼ੂਟ ਕਰ ਰਹੇ ਹਾਂ ਹੋਲੀ ਸੱਸ ਵਿਦੇਸ਼ੀ ਨੌ ਦਾ ਪਾਰਟ ਪੰਜਵਾਂ ਤੇ ਸ਼ੋਰੀ ਜੀ ਸੀ ਗਾਦਾ ਸੀ ਤੂੰ ਗੱਲ ਕਰ ਹੈ ਜੀ ਅੱਜ ਸੀ ਨਾ ਮੈਂ ਤਾਂ ਸੀ ਰੋਮਾਂਟਿਕ ਬੈੱਡ ਵਾਲ ਰਹੇ ਉਹ ਵਾਲਾ ਨਹੀਂ ਸੀ ਕਿ ਇੱਦਾਂ ਦੇਖਣ ਵਾਲਾ ਉਹਦਾ ਤੇ ਹੈਗੇ ਸੀ ਰੋਮਾਂਟਿਕ ਹੂੰ ਸੋਚਦੇ ਪਹਿਲਾਂ ਕਿਹਾ ਅੱਛਾ ਹੈਗਾ ਸੀ ਮਾੜਾ ਸੀ ਪਰ ਆਪਾਂ ਐਡ ਕੋਰ ਕਰ ਲੈ ਥੋੜਾ ਤੇ ਮੰਮੀ ਕੀ ਅੱਜ ਇਹਨਾਂ ਨੂੰ ਪਤਾ ਪਤਾ ਨਹੀਂ ਕੀ ਕਰੀ ਜਾਂਦੇ ਲੋਣ ਵਾਲੇ ਮੈਂ ਤਾਂ ਹੱਸਦੀ ਨਹੀਂ ਇਹਦੇ ਪ੍ਰੋਨਿਕ ਲਾਈਸੈਂਸ ਚਾਹਨਾ ਤੇ ਉਹਨਾਂ ਮੇਰਾ ਅੱਜ ਨਾ ਮੈਂ ਬੰਦ ਰਿਹਾ ਚੱਲ ਫੇ ਚਲੋ ਜੀ ਅਗਲਾ ਸੀਨ ਕਾਲਾ ਪੈ ਗਿਆ ਐਕਟਰ ਸਾਡੇ ਸੀਨ ਚੱਕ ਲਈਏ ਪਹਿਲਾਂ ਅੱਜ ਗੱਲਾਂ ਬਾਤਾਂ ਬਹੁਤ ਘੱਟ ਹੋਈਆਂ ਮੈਂ ਕਿਹਾ ਚਲੋ ਹੁਣ ਗੱਲਾਂ ਬਾਤਾਂ 1 ਸਕਿੰਟ ਕਰ ਲਈਏ ਤੇ ਹੁਣ ਸਾਡੇ ਐਕਟਰ ਉਹ ਖੜੇ ਆ ਕੀ ਜਾਂਦੇ ਆ ਸੀਨ ਦੇਖੋ ਸੀਨ ਦੇਖੋ ਉਹ ਦੇਖਦੇ ਉਹ ਲੁਕੇ ਉਹ ਪੌੜੀਆਂ ਦੇ ਵਿੱਚ ਇਹਨਾਂ ਦਾ ਸੀਨ ਚੱਕ ਹੋਣਾ ਇੱਕ ਸਾਡੇ ਐਕਟਰ ਇੱਧਰ ਬੈਠੇ ਆ ਅਵਸ਼ਿਆ ਇੱਕ ਸਾਡੇ ਐਕਟਰ ਨਵਾਸੀਆਂ ਆ ਜਾਂਦੀਆਂ ਜਿਹੜਾ ਮੇਨ ਆਰਟਿਸਟ ਆ ਸਾਡੇ ਇੱਧਰ ਆ ਜੇ ਤੇ ਨਹੀਂ ਸਾਚਾ ਨੇ ਸੌਂ ਦੇ ਦਿੱਤਾ ਇਹਦਾ ਤੇ ਸੁੱਤੀ ਨੇ ਜਗਰਾਤਾ ਕਰ ਦਿੱਤੀ ਜਦ ਵਿਆਹ ਦੀਆਂ ਤਿਆਰੀਆਂ ਕਰਦੀ ਚੰਗਾ ਜੀ ਆ ਗਏ ਤੁਹਾਨੂੰ ਮਿਲਦੇ ਆ ਪਹਿਲੇ ਵੀਡੀਓ 'ਚ ਪੁੱਛਿਆ ਵੀ ਆਪਾਂ ਰੈਂਪਰ ਨੂੰ ਸੱਦਿਆ ਤਾਂ ਕੇਅਰ ਵਾਸਤੇ ਸੀਗਾ ਤੇ ਹੁਣ ਤਾਂ ਆਪਾਂ ਇਹਨੂੰ ਭੇਜ ਦੇਣਾ ਸੀ ਹੁਣ ਇੰਡੀਆ ਹੁਣ ਜੇ ਤੁਸੀਂ ਠੀਕ ਆ ਤਾਂ ਪਰ ਤੁਸੀਂ ਤਾਂ ਹੁਣ ਹੋਰ ਹੀ ਸਲਾਮ ਬਣਾ ਕੇ ਬੈਠ ਗਏ ਪਰ ਫੇਰ ਵੀ ਰੈਂਪਰ ਜੇ ਤੇਰੇ ਮਾਈਂਡ 'ਚ ਹੈਗਾ ਇੰਡੀਆ ਤਾਂ ਤੂੰ ਜਾ ਸਕਦੀ ਹੈ ਦੀਦੀ ਮੈਨੂੰ ਤਾਂ ਹਲੇ 3-4 ਮਹੀਨੇ ਹੋਏ ਆਈ ਨੂੰ ਨਾਲੇ ਹੁਣ ਮੇਰੀ ਜੌਬ ਵੀ ਲੱਗ ਗਈ ਹੈ ਇੱਥੇ ਜੇ ਤੁਸੀਂ ਚਾਹੁੰਦੇ ਆ ਤਾਂ ਜੇ ਤੁਹਾਡਾ ਮਾਈਂਡ ਚੱਲ ਮੇਰੇ ਪਾਤੂ ਛੱਡ ਇੱਦਾਂ ਦੀਆਂ ਗੱਲਾਂ ਲਖਵੀਰ ਦਾ ਸੁਭਾਅ ਹੀ ਇੱਦਾਂ ਦਾ ਆ ਤਾਂ ਨਾਲੇ ਮੇਰੀ ਗੱਲ ਸੁਣ ਮੈਂ ਮੇਰੀ ਗੱਲ ਨਾ ਤੇਰੇ ਭੂਆ ਨਾਲ ਹੋਈ ਸੀ ਰਿਸ਼ਤੇ ਬਾਰੇ ਗੱਲ ਤਾਂ ਤੇਰੇ ਨਾਲ ਵੀ ਹੋਈ ਹੋਣੀ ਆ ਹਾਂਜੀ ਹੋਈ ਸੀ ਗਾਹ ਮੈਂ ਹੋਣੀ ਹਾਂਜੀ ਹੋਈ ਆਹ ਵੇ ਤੂੰ ਸਿੱਧਾ ਹੀ ਹੈਗਾ ਮੈਂ ਕਹਿਣਾ ਤੂੰ ਮੇਰਾ ਪੁੱਤ ਮੈਨੂੰ ਆਪਣੀ ਮਰਜ਼ੀ ਦੱਸ ਮੇਰੀ ਉਹਨਾਂ ਨਾਲ ਤਾਂ ਗੱਲ ਹੋ ਗਈ ਆ ਚੱਲ ਤੇ ਛੱਡ ਤੂੰ ਲਖਵੀਰ ਦਾ ਸੁਭਾਅ ਹੀ ਏਦਾਂ ਦਾ ਆ ਤਾਂ ਨਾਲੇ ਮੇਰੀ ਤਾਂ ਗੱਲ ਤੇਰੀ ਭੂਆ ਨਾਲ ਹੋਈ ਸੀ ਰਿਸ਼ਤੇ ਬਾਰੇ ਤੇਰੀ ਹੋਈ ਕੋਈ ਗੱਲ ਉਹਨਾਂ ਨਾਲ ਹਾਂਜੀ ਆਂਟੀ ਜੀ ਗਲਾ ਚੱਲ ਚੱਲ ਛੱਡ ਦੀਏ ਲਖਵੀਰ ਦਾ ਸੁਭਾਅ ਹੀ ਇੱਦਾਂ ਦਾ ਆ ਤਾਂ ਨਾਲ ਮੇਰੀ ਗੱਲ ਸੁਣ ਤੇਰੀ ਭੂਆ ਨਾਲ ਗੱਲ ਹੋਈ ਰਿਸ਼ਤੇ ਬਾਰੇ ਅੱਛਾ ਚੱਲ ਅੱਛਾ ਚੱਲ ਚੱਲ ਮੈਂ ਹੋਰ ਪਹਿਲਾਂ ਕਹਿ ਗਈ ਇੱਦਾਂ ਫਿਰ ਭੁਲੇਖਾ ਪੈ ਜਾਂਦਾ ਚੱਲ 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 ਅੱਜ ਕੱਲ੍ਹ ਚੱਲ ਚੱਲ ਅੱਜ ਦਾ ਸਮਾਂ ਧੀਏ ਹੋਰ ਆ ਅੱਜ ਕੱਲ੍ਹ ਕੁੜੀਆਂ ਨੂੰ ਵੀ ਪੁੱਛਣਾ ਪੈਂਦਾ ਆ ਰਿਸ਼ਤੇ ਬਾਰੇ ਭੁੱਲ ਗਈ ਮੈਂ ਬੋਲਦੇ ਨਾ ਮੈਨੂੰ ਪਤਾ ਹੀ ਬੋਲੀ ਜਾਂਦੀ ਆ ਧੀਏ ਅੱਜ ਕੱਲ੍ਹ ਜਮਾ ਹੀ ਇੱਦਾਂ ਆ ਨਹੀਂ ਮੇਰਾ ਮੈਂ ਇੱਦਾਂ ਸੀ ਯਾਰ ਪਹਿਲਾਂ ਧੀਏ ਕੁੜੀਆਂ ਨੂੰ ਪੁੱਛਦੇ ਨਹੀਂ ਹੁੰਦੇ ਹੁਣ ਸਮਾਂ ਹੋਰ ਵਾ ਬਹੁਤ ਮੱਛਾ ਲੜਦਾ ਆ ਨਹੀਂ ਮੈਂ ਪਤਾ ਮੈਂ ਇੱਦਾਂ ਕਹਿੰਦੀ ਇੱਦਾਂ ਕਹਿਣਾ ਧੀਏ ਅੱਗੇ ਧੀਆਂ ਨੂੰ ਪੁੱਛਦੇ ਨਹੀਂ ਸੀ ਕੁੜੀਆਂ ਨੂੰ ਹੁਣ ਸਮਾਂ ਹੋਰ ਆ ਹੁਣ ਧੀਆਂ ਦੀ ਸਲਾਹ ਲੈਣੀ ਜ਼ਰੂਰੀ ਆ ਹੁਣ ਮੰਮੀ ਨੇ ਬੋਲਣਾ ਦੇਖੋ ਵਧੀਆ ਇਦਾਂ ਸੀ ਮੈਂ ਕਹਿਣਾ ਹੁਣ ਮੰਮੀ ਨੇ ਆਣਾ ਵਧੀਆ ਬੋਲਣਾ ਦੇਖੋ ਲੈ ਤਾਂ ਪਾ ਜੀ ਨਾ ਦਰਸ਼ਕ ਲੈ ਦੱਸ ਤੁਸੀਂ ਵੀਡੀਓ ਬਣਾਓ ਚਲੋ ਨਹੀਂ ਵੀ ਨਹੀਂ ਚਲੋ ਹੁਣ ਧੀਏ ਸਮਾਂ ਹੋਰ ਆ ਅੱਗੇ ਨਹੀਂ ਸੀ ਕੁੜੀਆਂ ਨੂੰ ਪੁੱਛਦੇ ਹੁੰਦੇ ਹੁਣ ਬਰਾਬਰ ਦਾ ਹੱਕ ਆ ਕੁੜੀਆਂ ਦਾ ਮੁੰਡਿਆਂ ਦਾ ਕੁੜੀਆਂ ਹੁਣ ਮੈਂ ਸੋਹਣਾ ਬਣ ਗਿਆ ਤੇ ਕੁੜੀਆਂ ਦਾ ਹੁਣ ਸਹੀ ਸੀ ਚਲ ਚਲ ਥੋੜਾ ਨੰਬਰ ਨਾਲੇ ਤੁਸੀਂ ਜੇ ਤੇਜ਼ ਬੋਲਦੇ
मेन पता इधर दस मेरा रवि तेन पसंद भी आदा पुछना तू वीडियो बना करो चलो चल बंदर जा अच्छा चल मेरे पुत हुण मैनूं इह दस वी तैनूं रवि किद्दां दा लगदा पसंद भी आ रवि तैनूं हां जी ठीक आ सोहणा आ हां जी सोहणा आ हस के मैं उपर चढ़ जाना तेरा पौड़ी जाने तो गाना लाना गल गाने मैं जाके इधर लम्मी पैना हां पुत मीह तां रात दा ही पई जांदा आ होर की कदी पैण लग पैंदा कदी हट जांदा आहो ਨਾਲੇ ਰਵੀ ਕਿੱਦਾਂ ਮੇਰੇ ਚੇਤਾ ਹੀ ਭੁੱਲ ਗਿਆ ਕਹਣਾ ਪੈਸੇ ਬਚਾਉਣ ਲੱਗਿਆ ਨੇ ਵਿਆਹ ਹੀ ਉਧਰ ਕਰ ਲਿਆ ਕੋਈ ਨਹੀਂ ਰਵੀ ਰਿਸ਼ਤੇਦਾਰ ਕਹਿੰਦਾ ਹਾਂ ਹਾਂ ਲੈ ਮੈਂ ਭੁੱਲ ਗਈ ਮੰਮੀ ਗੱਲ ਤਾਂ ਤੁਹਾਡੀ ਸਹੀ ਹੈ ਆਪਣੇ ਗੁਰੂ ਸਾਹਿਬਾਨਾਂ ਨੇ ਵੀ ਕਿਹਾ ਹੀ ਹੈ ਜਿੰਨਾ ਸਿੰਪਲ ਤੇ ਸਾਦਾ ਵਿਆਹ ਹੋਵੇ ਉਨਾ ਵਧੀਆ ਪੁੱਤ ਨਾਲੇ ਕੁੜੀ ਸਿਆਣੀ ਆ ਸਮਝਦਾਰ ਆ ਪੜ੍ਹੀ ਲਿਖੀ ਆ ਇਹ ਤਾਂ ਗੱਲ ਮੰਮੀ ਸਹੀ ਹੈ ਆਹ ਸਿਆਣੀ ਆ ਉਦੋਂ ਨਾਲੇ ਪੁੱਤ ਰਿਸ਼ਤੇਦਾਰੀ 'ਚ ਰਿਸ਼ਤਾ ਆ ਅੱਬੜ ਪੁਣੇ ਫਸਣ ਨਾਲੋਂ ਤਾਂ ਠਈ ਸਹੀ ਆ चल फिर अभी हुण मैं तेरी मामी नाल गल करदी आ वे कोई तरीक वधिया जे कढ़ा लवे ब्याह दी ओह तां कढ़वा लिओ तरीक पर मम्मी रिंपल दे मम्मी डैडी दा किद्दां करनी फिर वीडियो कॉल ते कर लवांगे की कर लवांगे हुण इहदी इहदी गल जवाब दित्ता वै रिंपल दी मम्मी डैडी नूं इद्दां कहणा महाराज दी हजूरी दे विच आनंद कारज कर लवांगे जिद्दां जवाब सवाल कीता रिंपल दे घर दियां नूं तां फिर आपां दो चौं महीनिआं नूं इंडिया चल जाणा फिर आनंद कारज करा लवांगे गुरु महाराज की हजूरी दे विच आनंद कारज बहुत लंबा पै जाना उत्थे आपां आनंद कारज कर लवांगे सीधा ही विच्चे आ जाना सारा कुछ आहो कर लवांगे कोई गल नहीं करवा दवांगे आनंद कारज करा दवांगे चल फिर मैं हुण तेरी मामी नाल सलाह करदी आं वी कोई तरीक वधिया जे ब्याह दी कढ़ा लावे ओह तरीक तां मम्मी कढ़ा लिओ फिर रिंपल दे घर दे घर दे पुत इदां वी आपां वीडियो कॉल ते करा दस दो वीडियो कॉल तो मिलनी करा दवांगे वेला मिलनी दा वेला मिलनी दा इधर हस ज्यादा काम खराब हो जाना चल चल फिर भी मैं हुण तेरी मामी नाल सलाह कर दी आ वी कोई तरीक ब्याह दी वधिया जे कढ़ा लावे मम्मी तरीक तां कढ़ा हो जूगी पर फिर रिंपल ते कर दे हुण हस आ जाना चल ਹੋਣ
चल फिर अभी मैं तेरी मामी ना सलाह कर दी रवि मैं तेरी मामी ना सलाह कर दी कोई ब्याह दी तरीक कढ़ा लावे वधिया जी ब्याह दी तरीक रवि तेरी मामी ने सलाह हुण मैं कर दी कोई तरीक कढ़ा लवे वधिया जी ब्याह दी मम्मी तरीक तो कढ़ा लियो कोई गल नहीं पर इंपल दे घर दियां दा ले कले कले का बनावे रिंपल कले कले ना नहीं तुसी कहना मेरा मेरे तो पुछ गिछ की कोई मेरी सलाह नहीं कुछ नहीं नहीं तुसी मेरी देखी नहीं गल तुम तो नोट नहीं की हादसा आ जाना जी तुम भी मैंने भी आंदा सी नहीं आया निकल नहीं कुछ मैं इतने ना पास मैं हादसा आ लगे मैं गल कर गई पूरी मैं तो चाचू दे ब्याह ते जाना मैं ते भंगड़ा पाउना जे तेन समझ नहीं लगती तेन एक बारी चल अपने रूम में जाके अपना होमवर्क कंप्लीट कर इतो थोड़ा जोड़ा सा हो गया कंप्लीट जे तो मैं ते जे ने टाग टाग गया आ देख हां देख तू इधर थप्पड़ खा के इधर हो गया है ना फिर मैं तू नहीं थे मेनू इधर मैं बदे ने जिद्दी हो जांदा फिर मेनू इथो चाक के ना तू जड़ा दिन पर दिन जिद्दी फिर चल जाके अपना होमवर्क कंप्लीट कर रूम फिर जाना मम्मी तुसी तो पूरा भर मेरा मुंडा वो भी अपने बस विच कर लिया वो पूरा भर आउंदा नहीं अंदर ये सारे जने की करदे आ वो नहीं तां दिसदा की गल की होई आ हुण इह हुण बोल कड़े मैं अच्छा हुण हासा ना बणो नॉर्मली गल बणाउंदा पिया नहीं बणाउ नहीं सकदा यार मैं हां जी तुसी ते कहो कि जदों घर आवां उदो किसे ना किसे ना तो कलेश ही रख जदों काम तो घर आ गए ना हुण मैं आया ना लो हुण अगर चल जो भी घर आई कलेशी पाया हुंदा तुसीं यार चल मेरा पुत तुसीं घर च कलेश ना पाओ कलेश ना हमर मेरा पुत पुत को मेरा पुत को कोनी 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 कह तो की चल देखिए अपा ओ कने कला ओ लो लुक 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 देखा मैंने ऐसा आना नहीं सी तुझे पहले मैंने बड़ा सोना सीरी हुआ है एक दो थ्री तेरे में कैसा ना कहीं वन टू थ्री हाँ नहीं मैं वो दिवे बुशार रहे काफी मामा उधर वो बंदू एक्शन करे एक्शन करे एक्शन देखा है इधर होया था की करना भी चल दी भी ये लोग भी चल मैं देखता यार कितने लाया लोगों ने रोज़ सीरी सीरी ना देखा हूँ मैंने आज सही ਕੱਲ ਵੀ ਦੀ ਹੋਈ ਕੁਛ ਨਹੀਂ ਹੁੰਦਾ ਇਹ ਵੀ ਤੇ ਹੱਸੇ ਬੜੀ ਗੱਲ ਲਖਵੀਰ ਨੂੰ ਲਖਵੀਰ ਵੀ ਨਾ ਕਹਿਆ ਸਿੱਧਾ ਕਿ ਚਲ ਮੈਂ ਦੇਖਦਾ ਬਸ ਇੰਨੀ ਗੱਲੇ ਕਹਿ ਚਲੋ ਚਲ ਮੈਂ ਦੇਖਦਾ ਆ ਜਾ ਚਲੀਏ ਆਪਾਂ ਦੋਨੇ ਜਣੇ ਜੇ ਹਾਂਜੀ ਕੀ ਹੈ ਮੇਰੇ ਪੁੱਤ ਕੁਛ ਨਹੀਂ ਕੀ ਗੱਲ ਕੀ ਦੱਸੇ ਮੈਨੂੰ ਪਹਿਲਾਂ ਕੁਛ ਨਹੀਂ ਹੋਇਆ ਉਹ ਦੱਸ ਤੈਨੂੰ ਕੀ ਚਾਹੀਦਾ ਯਾਰ ਨਵੇਂ ਕੱਪੜੇ ਚਾਹੀਦੇ ਸੀ ਕੱਪੜੇ ਇੰਨੇ ਤੇਰੇ ਹੋ ਗਏ ਆ ਹੋ ਤਾਂ ਗਏ ਜੈ ਤੂੰ ਦਰਵਾਜ਼ਾ ਤਾਂ ਖੋਲ ਲੋਗ ਮੈਂ ਪੁੱਤ
खोल ला फटाफट। थले कर थोड़ा पाला फिर ऐसा।